ਸਤਿਗੁਰਾਂ ਦਾ ਦੀ ਓਟ ਆਸਰਾ ਦੇ ਹੇਠ ਅੱਜ ਅਸੀਂ 34ਵੀਂ ਜਿਹੜੀ ਵਰੇਗੰਢ ਹੈ 34ਵਾਂ ਸਾਲ ਜਿਹੜਾ ਸਾਡਾ ਸੰਕਲਪ ਸਾਡਾ ਜਿਹੜਾ ਸ਼ਹੀਦਾਂ ਦੇ ਨਾਲ ਜੁੜਿਆ ਸੀ ਬੈਟਲ ਆਫ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਸੀ ਦਰਬਾਰ ਸਾਹਿਬ ਦੇ ਹਮਲੇ ਤੋਂ ਸ਼ੁਰੂ ਹੋਇਆ ਸੀ ਅੱਜ ਅਸੀਂ ਉਸ ਜਿਹੜਾ ਆਪਣਾ ਸੰਕਲਪ ਹੈ ਉਹਨੂੰ ਰਿਨਿਊ ਕਰਨ ਲਈ ਅੱਜ ਅਸੀਂ ਇੱਥੇ ਇਕੱਠੇ ਹੋਏ ਹਾਂ ਸਤਿਗੁਰਾਂ ਦਾ ਓਟ ਆਸਰਾ ਅਸੀਂ ਹਰ ਵਾਰ ਲੈਂਦੇ ਹਾਂ ਅਤੇ ਇਹ ਜਿਹੜਾ ਰਿਨਿਊ ਆਪਣਾ ਬੌਂਡ ਅਸੀਂ ਹਰ ਵਾਰੀ ਕਿਤੇ ਨਾ ਕਿਤੇ ਦੁਨੀਆ 'ਚ ਜਿੱਥੇ ਵੀ ਬੈਠੇ ਹੋਈਏ ਅਸੀਂ ਕਰਨ ਆਉਂਦੇ ਹਾਂ ਸਿੱਖਾਂ ਦੀ ਸਿੱਖ ਪੰਥ ਦੀ ਪਰੰਪਰਾ ਰਹੀ ਹੈ ਇੱਕ ਜੋ ਸ਼ਹੀਦਾਂ ਨੂੰ ਯਾਦ ਕਰਨ ਦਾ ਬੜਾ ਸ਼ਾਂਤਮਈ ਤਰੀਕਾ ਹੁੰਦਾ ਹੈ ਚਾਹੇ ਅਸੀਂ ਉਹ ਮਾਰਚ ਦੇ ਰੂਪ 'ਚ ਕਰੀਏ ਚਾਹੇ ਉਹ ਅਸੀਂ ਬਰਸੀਆਂ ਦੇ ਰੂਪ ਦੇ ਵਿੱਚ ਕਰੀਏ ਪਰ ਅੱਜ ਤੋਂ 34 ਸਾਲ ਪਹਿਲਾਂ ਜੋ ਅਸੀਂ ਅੱਜ ਆਪਣੇ ਪੰਚਮ ਪਾਤਸ਼ਾਹ ਦੇ ਸ਼ਹੀਦੀ ਦਿਵਸ ਨੂੰ ਯਾਦ ਕਰਨ ਦੇ ਲਈ ਠੰਡੀਆਂ ਛਬੀਲਾਂ ਦਾ ਇੱਕ ਸਾਡਾ ਰਿਵਾਜ਼ ਸੀ ਉਹ ਰਿਵਾਜ਼ ਜੋ ਠੰਡ ਵਰਤਾਉਣ ਦਾ ਰਿਵਾਜ਼ ਸੀ ਸ਼ਹੀਦੀ ਉਦੋਂ ਹੁੰਦੀ ਹੈ ਜਦੋਂ ਅਸੀਂ ਜ਼ੁਲਮ ਦੇ ਖਿਲਾਫ਼ ਕੋਈ ਲੜਾਈ ਲੜਦੇ ਹਾਂ ਜ਼ੁਲਮ ਦੇ ਖਿਲਾਫ਼ ਕੋਈ ਸ਼ਹਾਦਤ ਕੋਈ ਗਵਾਹੀ ਭਰਦੇ ਹਾਂ ਉਸ ਸ਼ਹੀਦੀ ਨੂੰ ਅਸੀਂ ਛਬੀਲਾਂ ਲਾ ਕੇ ਦੁਨੀਆ ਭਰ ਦੇ ਵਿੱਚ ਜੋ ਅਸੀਂ ਮਨਾਉਂਦੇ ਹਾਂ ਪਰ ਉੱਥੋਂ ਦੀ ਸਰਕਾਰ ਨੇ ਅੱਜ ਤੋਂ 34 ਸਾਲ ਪਹਿਲਾਂ ਸਾਨੂੰ ਇਹ ਦੱਸਿਆ ਸੀ ਕਿ ਤੁਹਾਡੀ ਇਹ ਜਿਹੜੀ ਠੰਡ ਵਰਤਾਉਣ ਦਾ ਜਿਹੜਾ ਵਰਤਾਰਾ ਇਹ ਸਾਨੂੰ ਪਸੰਦ ਨਹੀਂ ਉਹਨਾਂ ਨੇ ਪਹਿਲਾ ਗੋਲਾ ਜਿਹੜਾ ਉਹ ਦਰਬਾਰ ਸਾਹਿਬ ਦੀ ਪਾਣੀ ਵਾਲੀ ਟੈਂਕੀ 'ਤੇ ਮਾਰ ਕੇ ਸਿੰਬੋਲਿਕਲੀ ਸਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਦੋ ਕਲਚਰ ਆਪਸ ਦੇ ਵਿੱਚ ਫਿੱਟ ਨਹੀਂ ਬੈਠਦੇ ਗੱਲ ਬਹੁਤ ਸਿੰਪਲ ਜੀ ਸੀ ਅੱਜ ਅਸੀਂ ਸੰਤਾਂ ਦੀ ਆਵਾਜ਼ ਦੇ ਵਿੱਚ ਪਹਿਲਾਂ ਸੁਣਿਆ ਜੇ ਅਸੀਂ ਉਹ ਗੱਲਾਂ ਦੇ ਵਿੱਚ ਕੁਛ ਨਾ ਬਦਲ ਦਈਏ ਕੁਛ ਥਾਵਾਂ ਬਦਲ ਦਈਏ ਤਾਂ 2018 ਦੇ ਵਿੱਚ ਵੀ ਉਸ ਧਰਤੀ 'ਤੇ ਇਹੀ ਕੁਛ ਵਾਪਰ ਰਿਹਾ ਹੈ ਜੋ ਅੱਜ ਤੋਂ 34 ਸਾਲ ਪਹਿਲਾਂ ਉਸ ਧਰਤੀ 'ਤੇ ਅੰਮ੍ਰਿਤਸਰ ਦੇ ਵਿੱਚ ਸੰਤਾਂ ਨੇ ਆਪਣੀ ਕਥਨੀ ਦੇ ਵਿੱਚ ਕਿਹਾ ਸੀ ਗੱਲ ਬੜੀ ਸਿੰਪਲ ਜੀ ਹੈ ਅੱਜ ਤੋਂ 70-72 ਸਾਲ ਪਹਿਲਾਂ ਅਸੀਂ ਇੱਕ ਫੈਸਲਾ ਕੀਤਾ ਸੀ 33 ਕਰੋੜ ਦੇਵੀ ਦੇਵਤਿਆਂ ਦੇ ਨਾਲ ਇਕੱਠੇ ਰਹਿਣ ਦਾ ਪਰ ਸਾਨੂੰ ਉਹ ਫੈਸਲਾ ਨਹੀਂ ਪੁੱਗਿਆ ਸਾਨੂੰ ਉਹ ਫੈਸਲਾ ਇਸ ਲਈ ਨਹੀਂ ਪੁੱਗਿਆ ਕਿ ਉਹਨਾਂ ਦੀਆਂ ਜੋ ਨੀਤੀਆਂ ਸੀ ਜਾਂ ਉਹਨਾਂ ਦਾ ਜੋ ਕਲਚਰ ਸੀ ਜੋ ਉਹ ਆਪਣੀਆਂ ਧੀਆਂ ਭੈਣਾਂ ਜੋ ਜਿੰਨੇ ਵੀ ਧਾੜਵੀ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਹਮਲੇ ਕਰਦੇ ਰਹੇ ਉਹ ਉਹਨਾਂ ਦੇ ਅੱਗੇ ਵਿਛਦੇ ਰਹੇ ਉਹ ਸਾਡੀ ਜਿਹੜੀ ਸਿੱਖ ਪਰੰਪਰਾ ਦੇ ਬਿਲਕੁਲ ਉਲਟ ਸੀ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਬਹੁਤ ਹੀ ਕਲੀਅਰਲੀ ਅਤੇ ਬਹੁਤ ਹੀ ਸਿੰਪਲ ਅਲਫਾਜ਼ਾਂ ਦੇ ਵਿੱਚ ਸਾਨੂੰ ਇਹ ਕਿਹਾ ਸੀ ਕਿ ਅਸੀਂ ਇਹ ਗੁਲਾਮੀ ਦੀ ਜਿਹੜਾ ਸਾਡੇ ਸਿਰ ਪਈ ਹੈ ਇਹ ਆਪਣੇ ਗਲੋਂ ਲਾਉਣੀ ਹੈ ਅਸੀਂ ਇਹ ਫੈਸਲਾ ਜੋ ਕਿਤੇ ਪਹਿਲਾਂ ਗਲਤੀ ਨਾਲ ਹੋ ਗਿਆ ਸੀ ਉਹ ਆਪਣੇ ਗਲੋਂ ਲਾਉਣਾ ਹੈ UN ਦਾ ਚਾਰਟਰ ਜੇ ਸਾਨੂੰ ਰਾਈਟ ਆਫ ਫਰੀਡਮ ਆਫ ਸਪੀਚ ਜਾਂ ਫਰੀਡਮ ਟੂ ਗੈਦਰ ਦਿੰਦਾ ਹੈ ਤਾਂ ਇੱਕ ਹੋਰ ਦਿੰਦਾ ਹੈ ਕਿ ਕੌਮਾਂ ਨੂੰ ਆਪਣੇ ਫੈਸਲੇ ਕਰਨ ਦਾ ਅਧਿਕਾਰ ਹੈ ਸਿੱਖ ਕੌਮ ਨੂੰ ਆਪਣੇ ਫੈਸਲੇ ਕਰਨ ਦਾ ਅਧਿਕਾਰ ਹੈ ਅੱਜ ਤੋਂ 34 ਸਾਲ ਪਹਿਲਾਂ ਵੀ ਇਹ ਅਧਿਕਾਰ ਸਾਡੇ ਤੋਂ ਖੁੱਸਾ ਸੀ ਅਤੇ ਅੱਜ ਤੱਕ ਸਾਡੇ ਤੋਂ ਖੁੱਸਦਾ ਆਇਆ ਹੈ ਆਪਾਂ 34 ਸਾਲਾਂ ਦੇ ਜਿੱਥੇ ਜਿੱਥੇ ਵੀ ਅਸੀਂ ਵਿਚਰਦੇ ਹਾਂ ਕੁਛ ਲੋਕਾਂ ਦਾ ਇਹ ਜੋ ਰਿਸ਼ਤਾ ਹੈ 1984 ਦੇ ਨਾਲ ਇਹ ਉਹਨਾਂ ਦੀ ਜਵਾਨੀ ਦੇ ਵਿੱਚ ਬਣਿਆ ਸਾਡੇ ਵਿੱਚੋਂ ਬਹੁਤ ਲੋਕ ਐਸੇ ਨੇ ਜਿਨ੍ਹਾਂ ਦਾ ਇਹ ਜਨਮ ਤੋਂ ਹੀ ਰਿਸ਼ਤਾ ਹੈ ਅਤੇ ਸ਼ਾਇਦ ਸਾਡੀ ਮੌਤ ਤੱਕ ਇਹ ਰਿਸ਼ਤਾ ਸਾਡਾ ਉਹਨਾਂ ਸ਼ਹੀਦਾਂ ਦੇ ਨਾਲ ਬਣਿਆ ਰਹੇਗਾ ਅਤੇ ਬਣਿਆ ਵੀ ਰਹਿਣਾ ਚਾਹੀਦਾ ਹੈ ਕਿਉਂਕਿ ਗੱਲ ਹੱਲੇ ਮੁੱਕੀ ਨਹੀਂ ਜਦੋਂ ਤੱਕ ਗੱਲ ਦਾ ਹੱਲ ਸਾਡੇ ਕੋਲ ਨਹੀਂ ਆਉਂਦਾ ਜਦੋਂ ਤੱਕ ਸਾਡੇ ਸਿਰ ਜਿਹੜੀ ਗੁਲਾਮੀ ਦੀ ਇਹ ਚਾਦਰ ਜੋ ਸਾਡੇ ਉੱਤੇ ਪਾਈ ਹੋਈ ਹੈ ਅਸੀਂ ਲਾ ਕੇ ਨਹੀਂ ਸੁੱਟਦੇ ਉਦੋਂ ਤੱਕ ਇਹ ਗੱਲ ਮੁੱਕਣੀ ਨਹੀਂ ਅਤੇ ਹਰ ਸਾਲ ਅਸੀਂ ਖਾਲਿਸਤਾਨ ਦੇ ਲਈ ਜੇ ਇੱਥੇ ਇਕੱਤਰ ਹੁੰਦੇ ਹਾਂ ਬਹੁਤ ਸਾਡੀ ਕੌਮ ਦੇ ਵਿੱਚ ਛੋਟੇ ਛੋਟੇ ਪ੍ਰੋਜੈਕਟ ਨੇ ਵੱਡਾ ਪ੍ਰੋਜੈਕਟ ਅਸੀਂ ਅਰਦਾਸ ਦੇ ਵਿੱਚ ਰੋਜ਼ ਮੰਗਦੇ ਹਾਂ ਇੱਕ ਆਪਦੇ ਰਾਜ ਕਰੇਗਾ ਖਾਲਸਾ ਦੀ ਜੇ ਗੱਲ ਕਰਦੇ ਹਾਂ ਤਾਂ ਉਹ ਸਾਡੀ ਰੋਜ਼ ਦੀ ਅਰਦਾਸ ਹੈ ਸੋ ਉਹਦੇ ਵਿੱਚੋਂ ਕੁਛ ਗੱਲਾਂ ਜੋ ਸਾਡੇ ਪਰਿਵਾਰ ਦੇ ਹਿੱਸੇ ਆਈਆਂ ਸੀ ਉਹ ਹਿਊਮਨ ਰਾਈਟਸ ਦੀ ਗੱਲ ਸੀ ਮੇਰੇ ਪਿਤਾ ਜੀ ਨੂੰ ਇੱਕ ਬਹੁਤ ਛੋਟਾ ਜਿਹਾ ਪ੍ਰੋਜੈਕਟ ਮਿਲਿਆ ਜਿਹਦੇ ਨਾਲ ਬਹੁਤ ਜਿਹੜਾ
ਝੂਠ ਦਾ ਉਹਨਾਂ ਨੇ ਪਸਾਰਾ ਸਾਰੀ ਦੁਨੀਆ ਦੇ ਵਿੱਚ ਕੀਤਾ ਸੀ, ਸਿੱਖਾਂ ਨੂੰ ਅੱਤਵਾਦੀ ਕਹਿ ਕੇ ਜੋ ਦੁਨੀਆ ਦੇ ਵਿੱਚ ਉਹ ਆਪਣਾ ਪ੍ਰਚਾਰ ਕਰ ਰਹੇ ਸੀਗੇ, ਉਹ ਸਾਫ਼ ਸਾਫ਼ ਨੰਗਾ ਹੋਇਆ। ਕਿਉਂਕਿ ਜਸਵੰਤ ਸਿੰਘ ਖਾਲੜਾ ਦਾ ਕੰਮ ਉਹਨਾਂ ਦੀਆਂ ਹੀ ਅਦਾਲਤਾਂ ਦੇ ਵਿੱਚ ਕੀਤੀਆਂ ਕਾਰਵਾਈਆਂ ਨੂੰ ਨੰਗਾ ਕਰ ਰਿਹਾ ਸੀ। ਸੋ ਅੱਜ 34 ਸਾਲ ਬਾਅਦ ਅਸੀਂ ਅੱਜ ਫਿਰ ਇੱਥੇ ਬੈਠੇ ਹਾਂ। ਮੈਂ ਕਹੂੰਗੀ ਕਿ ਕਈ ਵਾਰ ਬਹੁਤ ਲੋਕ ਆਉਂਦੇ ਨੇ, ਉਹ ਕਹਿੰਦੇ ਅਸੀਂ ਸੰਘਰਸ਼ ਦੇ ਲਈ ਕੁਛ ਨਾ ਕੁਛ ਕਰਨਾ ਚਾਹੁੰਦੇ ਹਾਂ, ਪਰ ਸੰਘਰਸ਼ ਦੇ ਲਈ ਖੜ੍ਹਨਾ ਪੈਂਦਾ, ਲੜਨਾ ਪੈਂਦਾ, ਪਰਿਵਾਰ ਛੱਡਣੇ ਪੈਂਦੇ, ਰੋਟੀ ਪਾਣੀ ਆਪਦੀ ਜਿਹੜੀ ਅਸੀਂ ਕਮਾਈ ਕਰਦੇ ਹਾਂ ਕਿਰਤ ਕਮਾਈ, ਉਹਨੂੰ ਦਾਅ 'ਤੇ ਲਾਉਣਾ ਪੈਂਦਾ। ਸੋ ਜੇ ਤੁਸੀਂ ਵੱਡੇ ਤਰ੍ਹਾਂ ਕੋਈ ਯੋਗਦਾਨ ਨਹੀਂ ਪਾ ਸਕਦੇ ਤਾਂ ਮੈਂ ਕਹੂੰਗੀ ਪਹਿਲਾਂ ਆਪਣੇ ਆਪ ਨੂੰ ਸੋਵਰਨ ਕਰੋ, ਆਪਣੇ ਆਪ ਨੂੰ ਉਹਨਾਂ ਗੁਲਾਮੀ ਦੀਆਂ ਜਿਹੜੀਆਂ ਜੰਜੀਰਾਂ ਹੈ ਉਹਨਾਂ ਤੋਂ ਆਜ਼ਾਦ ਕਰੋ। ਅਗਲੇ ਸਾਲ ਜੇ ਤੁਸੀਂ ਇੱਥੇ ਆਓ ਤਾਂ ਐਟਲੀਸਟ ਆਪਣੇ ਅੰਦਰ, ਆਪਣੇ ਘਰ ਦੇ ਅੰਦਰ ਜ਼ਰੂਰ ਖਾਲਿਸਤਾਨ ਬਣਾਓ। ਉਸ ਤੋਂ ਬਾਅਦ ਤੁਸੀਂ ਕੌਮੀ ਕਾਰਜਾਂ ਦੇ ਵਿੱਚ ਵੀ ਸ਼ਾਮਿਲ ਹੋ ਸਕੋਗੇ। ਜਿੰਨੀ ਦੇਰ ਤੱਕ ਸਾਡਾ ਮਨ, ਸਾਡਾ ਦਿਮਾਗ ਉਹਨਾਂ ਚੀਜ਼ਾਂ ਤੋਂ ਆਜ਼ਾਦ ਨਹੀਂ ਹੁੰਦਾ, ਉਨੀ ਦੇਰ ਤੱਕ ਅਸੀਂ ਹਮੇਸ਼ਾ ਦੁਵਿਧਾ ਦੇ ਵਿੱਚ ਪਏ ਰਹਿੰਦੇ ਹਾਂ ਕਿ ਅਸੀਂ ਕੌਮ ਦਾ ਕੀ ਸਵਾਰ ਸਕਦੇ ਹਾਂ। ਹਰ ਸ਼ਹੀਦ ਜਿਨ੍ਹਾਂ ਦੀਆਂ ਅੱਜ ਅਸੀਂ ਗੱਲਾਂ ਕਰਦੇ, ਉਹ ਤੁਹਾਡੇ ਵਿੱਚੋਂ ਹੀ, ਸੰਗਤਾਂ ਵਿੱਚੋਂ ਹੀ ਉੱਠੇ ਲੋਕ ਸੀ। ਉਹਨਾਂ ਨੇ ਇਤਿਹਾਸ ਦੇ ਵਰਕੇ ਬਦਲ ਦਿੱਤੇ, ਉਹਨਾਂ ਨੇ ਇਤਿਹਾਸ ਬਦਲ ਦਿੱਤਾ। 1984 ਇੱਕ ਜੋ ਸਾਡੀ ਇੱਕ ਜੰਗ ਸੀ, ਜੰਗਾਂ ਹੋਰ ਵੀ ਬਥੇਰੀਆਂ ਹੋਣੀਆਂ ਨੇ, ਕਿਉਂਕਿ ਉੱਥੇ ਹੱਲੇ ਵੀ ਜਿਹੜਾ ਸਾਡਾ ਲੜਾਈ ਹੈ ਉਹ ਖਤਮ ਨਹੀਂ ਹੋਈ, ਪਰ ਤੁਸੀਂ ਆਪਣੇ ਆਪ ਨੂੰ ਉਹਨਾਂ ਲੜਾਈਆਂ ਦੇ ਲਈ ਜਾਂ ਆਪਣੇ ਆਉਣ ਵਾਲੇ ਬੱਚਿਆਂ ਨੂੰ ਉਹਨਾਂ ਦੇ ਲਈ ਕਿਵੇਂ ਤਿਆਰ ਕਰਨਾ ਹੈ? ਅਸੀਂ ਸਾਰੇ ਇਹਨਾਂ ਵਿਦੇਸ਼ੀ ਧਰਤੀ ਦੇ ਉੱਤੇ ਆ ਕੇ ਬੈਠੇ ਹਾਂ। ਤੁਹਾਡੇ ਵਿੱਚੋਂ ਬਹੁਤੇ ਲੋਕ ਮਜਬੂਰੀ ਵੱਸ ਇਸ ਧਰਤੀ 'ਤੇ ਆਏ ਸੀ। 1980 ਤੋਂ ਬਾਅਦ ਜੋ ਪੰਜਾਬ ਦੇ ਵਿੱਚ ਹਾਲਾਤ ਜਿਹੜੇ ਸੀਗੇ, ਉਸ ਤੋਂ ਬਾਅਦ ਤੁਸੀਂ ਮਜਬੂਰੀ ਵਾਸਤੇ ਚੀਜ਼ ਛੱਡੀ ਸੀ। ਅੱਜ ਜੇ ਤੁਸੀਂ ਪੰਜਾਬ ਦੀ ਗੱਲ ਕਰਨੀ, ਸਿੱਖ ਰਾਜ ਦੀ ਗੱਲ ਕਰਨੀ ਜਾਂ ਸਿੱਖਾਂ ਦੇ ਹਿੱਤਾਂ ਦੀ ਗੱਲ ਕਰਨੀ ਛੱਡ ਦਿਓਗੇ ਤਾਂ ਤੁਸੀਂ ਆਪਣੇ ਦੇ ਨਾਲ ਨਾਲ ਆਪਣੀ ਆਉਣ ਵਾਲੀ ਜਨਰੇਸ਼ਨ ਦੇ ਗੱਲ ਉਹੀ ਮਜਬੂਰੀ ਪਾ ਦਿਓਗੇ ਜੋ ਮਜਬੂਰੀ ਤੁਸੀਂ ਉੱਥੇ ਛੱਡ ਕੇ ਆਏ ਸੀ। ਸੋ ਇਹ ਫੈਸਲਾ ਹੁਣ ਤੁਹਾਡਾ ਹੈ ਕਿ ਤੁਸੀਂ ਜੋ ਜ਼ੁਲਮ, ਜੋ ਕਤਲੋ ਗਾਰਤ ਦੀ ਗਵਾਹੀ ਉੱਥੇ ਭਰ ਕੇ ਇੱਥੇ ਆਏ ਸੀ, ਛੱਡ ਕੇ ਆਏ ਸੀ, ਉਹੀ ਚੀਜ਼ ਜੇ ਕੱਲ੍ਹ ਨੂੰ ਤੁਹਾਡੇ ਬੱਚੇ ਪੁੱਛਣ ਕਿ ਸਾਡੇ ਮਾਂ ਪਿਓ ਕਿੱਥੋਂ ਦੇ ਆਏ ਸੀ, ਉਹੀ ਮੁਲਕ ਜੋ ਤੁਹਾਨੂੰ ਪਸੰਦ ਨਹੀਂ ਸੀ, ਉਸ ਮੁਲਕ ਨੂੰ ਤੁਸੀਂ ਆਪਣੇ ਬੱਚਿਆਂ ਨੂੰ ਦੱਸ ਰਹੇ ਹੋ ਕਿ ਉਵੇਂ ਹੀ ਐਕਸੈਪਟ ਕਰ ਲਓ ਜਿਵੇਂ ਦਾ ਅਸੀਂ ਨਹੀਂ ਸੀ ਚਾਹੁੰਦੇ। ਸੋ ਮੈਂ ਅੱਜ ਇਸ ਗੱਲ 'ਤੇ ਬਹੁਤ ਮਾਣ ਵੀ ਹੁੰਦਾ ਹੈ ਕਿ ਸ਼ਹੀਦਾਂ ਦੇ ਨਾਂ 'ਤੇ ਅਸੀਂ ਸਾਰੇ ਅੱਜ ਵੀ ਜੋ 34 ਸਾਲ ਤੋਂ ਤੱਕ ਵੀ ਇਕੱਠੇ ਹੁੰਦੇ ਹਾਂ, ਪਰ ਨਾਲ ਦੀ ਨਾਲ ਜਿਵੇਂ ਕਿ ਪਹਿਲਾਂ ਵੀ ਕਿਹਾ ਗਿਆ ਸਟੇਜ 'ਤੇ ਕਿ ਅਸੀਂ ਸਾਰੇ ਆਪਣਾ ਫਰਜ਼ ਪਛਾਣੀਏ। ਇੱਕ ਸਿੱਖ ਹੋਣਾ ਸਿਰਫ ਅਤੇ ਸਿਰਫ ਸਾਨੂੰ ਆਪਣੇ ਘਰ ਦੇ ਜਿਹੜੇ ਕਾਰਜ ਹੈ ਉਹਨਾਂ ਨਾਲ ਸਾਨੂੰ, ਜਾਂ ਜੋ ਗੁਰਦੁਆਰੇ ਜਾ ਕੇ ਅਸੀਂ ਆਪਣੀ ਜਿਹੜੀ ਹੈ ਇੱਕ ਗੁਰੂ ਦੇ ਨਾਲ ਜਿਹੜਾ ਰਿਲੇਸ਼ਨਸ਼ਿਪ ਆ ਸਾਡਾ ਉੱਥੇ ਖਤਮ ਨਹੀਂ ਹੋ ਜਾਂਦਾ। ਸਾਡਾ ਸਿੱਖੀ ਜਿਹੜੀ ਆ ਉਹ ਮੋਰ ਕਮਿਊਨਿਟੀ ਓਰੀਐਂਟਡ ਆ। ਜਿੰਨੀ ਦੇਰ ਤੱਕ ਅਸੀਂ ਪੰਥਕ ਸੋਚ ਨਹੀਂ ਰੱਖਦੇ, ਜਿੰਨੀ ਦੇਰ ਤੱਕ ਅਸੀਂ ਪੰਥ ਦੇ ਨਾਲ ਨਹੀਂ ਚੱਲਦੇ, ਉਨੀ ਦੇਰ ਤੱਕ ਸਾਡੇ ਫਰਜ਼ ਜਿਹੜੇ ਆ ਉਹ ਨਹੀਂ ਨਿਭਦੇ। ਅਸੀਂ ਸਤਿਗੁਰਾਂ ਤੋਂ ਸਭ ਕੁਛ ਮੰਗਦੇ ਹਾਂ, ਸਭ ਕੁਛ ਸਤਿਗੁਰ ਸਾਨੂੰ ਦਿੰਦਾ ਹੈ, ਪਰ ਸਤਿਗੁਰੂ ਵੀ ਸਾਡੇ ਤੋਂ ਕੁਛ ਮੰਗਦਾ ਹੈ ਕਿ ਅਖਵਾਓ ਗੁਰੂ ਦੇ ਸਿੱਖ। ਜੇ ਅੱਜ ਤੁਹਾਡੀ ਸਿੱਖੀ ਦੀ ਹੋਂਦ ਨੂੰ ਖਤਰਾ ਹੈ ਤਾਂ ਤੁਹਾਨੂੰ ਸਿੱਖੀ, ਜੇ ਖਾਲਸਾ ਸਾਜਿਆ ਹੀ ਦੁਨੀਆ ਦੇ ਵਿੱਚ ਜ਼ੁਲਮ ਨੂੰ ਮਿਟਾਉਣ, ਹਿਊਮਨ ਰਾਈਟਸ ਨੂੰ ਡਿਫੈਂਡ ਕਰਨ ਲਈ ਗਿਆ ਸੀ। ਜੇ ਅੱਜ ਤੁਸੀਂ ਆਪਣੇ ਹਿਊਮਨ ਰਾਈਟਸ ਨੂੰ ਡਿਫੈਂਡ ਨਹੀਂ ਕਰ ਸਕਦੇ ਤਾਂ ਤੁਸੀਂ ਕਿਤੇ ਵੀ ਖਾਲਸੇ ਦੀ ਡੈਫੀਨੇਸ਼ਨ ਨਹੀਂ ਦੇ ਸਕਦੇ। ਫਿਰ ਚਾਹੇ ਤੁਸੀਂ ਜਿੰਨੇ ਮਰਜ਼ੀ ਸਿੱਖ ਬਣੇ ਰਹੋ, ਜਿੰਨਾ ਮਰਜ਼ੀ ਗੁਰਦੁਆਰੇ ਜਾਏ ਜਾਓ, ਪਰ ਤੁਸੀਂ ਉਹਨੂੰ ਡਿਫਾਈਨ ਨਹੀਂ ਕਰ ਸਕਦੇ। ਸੋ ਆਪਣੇ ਅੰਦਰ ਝਾਤੀ ਮਾਰੋ, ਗੁਰੂ ਤੋਂ ਪੁੱਛੋ ਤੁਹਾਡਾ ਕੀ ਰੋਲ ਹੋਊਗਾ। ਸਤਿਗੁਰ ਜੋ ਤੁਹਾਨੂੰ ਆਪਣੇ ਆਪ ਰਾਹ ਦੱਸਣਗੇ, ਕਿਸੇ ਲੀਡਰ 'ਤੇ, ਕਿਸੇ ਪੰਥਕ ਬੁਲਾਰੇ 'ਤੇ ਤੁਸੀਂ ਆਸ ਨਾ ਰੱਖੋ ਕਿ ਉਹ ਤੁਹਾਨੂੰ ਕੋਈ ਰਾਹ ਦੇਣਗੇ। ਰਾਹ ਤੁਹਾਨੂੰ ਸਤਿਗੁਰਾਂ ਨੇ ਹੀ ਦੇਣਾ ਹੈ, ਰਾਹ ਕਿਸੇ ਨੇ ਸਟੇਜ 'ਤੇ ਆ ਕੇ ਤੁਹਾਨੂੰ ਇੰਨ ਬਿੰਨ ਜਾ ਕੇ ਦੱਸਣਾ ਨਹੀਂ ਕਿ ਅਗਲੀ ਅਸੀਂ ਲੜਾਈ ਕਿਵੇਂ ਦੇਣੀ ਹੈ। ਇੰਨਾ ਕਹਿੰਦੀ ਹੋਈ ਮੈਂ ਖਿਮਾ ਦੀ ਜਾ ਚੱਕਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।